पिंड दे जिहड़े मरीज आ जां पिंड विच कोई बीमार हो जांदा ईवन एक परिवार दे जिहड़े है 8 जी आ तो उन्हां कोल 2 कमरे आ उन्हां नूं जिहड़ा हैगा आइसोलेट किदां कीता जा सकदा किदां उन्हां नूं रख्या जा सकदा वक्त क्योंकि कमरे है नहीं। बाबा सिचेवाल जी ने एक बहुत ही वधिया उपराला असीं देखिया वी शुरू करन लगे हैं कि पिंड दे मरीज जिहड़े कोविड पॉजिटिव आ जांदे हन तो घर एकदम आप सारे घबरा जाने तो इस उपराले मैं समझदा कि पिंड का मरीज जिहड़ा होएगा उन्हूं एकदम शहर वल नहीं दौड़ना पवेगा इत्थे पिंड का मरीज जिहड़ा फ्रिंज विच रह के तो उहदा आपां इस जगह पर रख के उन्हूं तो आपां उहदा सारा ख्याल रख के उहदी ऑक्सीजन का उहदे बुखार का उहदे ब्लड प्रैशर का जिहड़ी जरूरी दवाइयां आपां इत्थे ही दे के उन्हूं जिहड़े 2 हफ्ते जिहड़े उहदे औखे हुंदे आ ਉਹਨੂੰ ਕੱਢ ਕੇ ਤੇ ਜਦੋਂ ਠੀਕ ਹੋ ਜਾਏਗਾ ਤਾਂ ਫਿਰ ਉਹ ਆਪਣੇ ਘਰ ਵਿੱਚ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਪੂਰੇ ਭਾਰਤ ਵਿੱਚ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਜਿਸ ਦੇ ਚੱਲਦਿਆਂ ਹੁਣ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਵੱਲੋਂ ਵੀ ਸੀਚੇਵਾਲ ਪਿੰਡ ਵਿੱਚ 10 ਬਿਸਤਰਿਆਂ ਦਾ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ। ਕੋਰੋਨਾ ਮਰੀਜ਼ਾਂ ਨਾਲ ਹਮਦਰਦੀ ਵਾਲਾ ਵਤੀਰਾ ਕਰਨ ਦੀ ਅਪੀਲ ਕੀਤੀ ਗਈ ਹੈ। ਆਕਸੀਜਨ ਅਤੇ ਐਂਬੂਲੈਂਸ ਦੀ ਵੀ ਸਹੂਲਤ ਇੱਥੇ ਪ੍ਰਦਾਨ ਕੀਤੀ ਗਈ ਹੈ। SDM ਅਤੇ SMO ਨੇ ਇਕਾਂਤਵਾਸ ਕੇਂਦਰ ਦਾ ਆਪ ਨਿਰੀਖਣ ਕੀਤਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਦਿੱਲੀ ਬੰਬੇ ਅਤੇ ਹੋਰ ਵੱਖ ਵੱਖ ਥਾਵਾਂ ਦੇ ਉੱਤੇ ਬੜਾ ਹੋ ਹੱਲਾ ਮਚਿਆ ਹੋਇਆ ਜਿੱਦਾਂ ਆਕਸੀਜਨ ਦੇ ਨਾਲ ਦੀ ਘਾਟ ਦੇ ਨਾਲ ਲੋਕ ਮਰ ਰਹੇ ਆ ਜਿਸ ਤਰ੍ਹਾਂ ਦਾ ਵਰਤਾਰਾ ਉੱਥੇ ਹੋਇਆ। ਅਸਲ ਵਿੱਚ ਇਹ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਜਮ੍ਹਾਂਖੋਰ ਲੋਕ ਤਾਂ ਜਾਂ ਜਿਹੜੀ ਹੈਗੀ ਇੱਕਦਮ ਸਾਡੇ ਅੰਦਰ ਜਿਹੜੀ ਹੈਗੀ ਦੌੜ ਲੱਗ ਗਈ ਹੈ ਕਿ ਆਕਸੀਜਨ ਮੁੱਕ ਜਾਊਗੀ ਜਾਂ ਜਿਸ ਤਰ੍ਹਾਂ ਮੁੱਕੀ ਵੀ ਹਸਪਤਾਲਾਂ ਦੇ ਵਿੱਚ ਵੀ ਹਾਲਾਤ ਬਣੇ ਉਹਦੇ ਵਾਸਤੇ ਕੁਛ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਸਟੋਕ ਕਰ ਲਿਆ ਕੁਛ ਜਿਹੜੇ ਆਕਸੀਜਨ ਬਣਾਉਣ ਵਾਲੇ ਜਿਹੜੇ ਸਾਧਨ ਆ ਉਹ ਬੜੇ ਲੋਕਾਂ ਨੇ ਘਰਾਂ 'ਚ ਲੈ ਕੇ ਰੱਖ ਲਿਆ ਤਾਂ ਕਿ ਜਿਹੜੀ ਹੈਗੀ ਆ ਕਿਤੇ ਲੋੜ ਪਵੇ ਅਸੀਂ ਵਰਤੀ ਪੈਸਾ ਤਾਂ ਕੋਲ ਹੈਗਾ ਪਰ ਇਹ ਨਹੀਂ ਸੋਚਦੇ ਕਿ ਇਹ ਆਕਸੀਜਨ ਦੇ ਜਿਹੜੇ ਬੜੇ ਸਿਲੰਡਰ ਅਸੀਂ ਘਰਾਂ 'ਚ ਰੱਖਿਆ ਇਹ ਜੇ ਹਸਪਤਾਲ ਦੇ ਵਿੱਚ ਹੁਣ ਕਿਸੇ ਦੀ ਜਾਨ ਬਚਾ ਸਕਦੇ ਉਹਦੇ ਵਾਸਤੇ ਜਿਹੜੀ ਹੈਗੀ ਆ ਬੜਾ ਪੈਨਿਕ ਜਿਹਾ ਲੋਕਾਂ ਦੇ ਵਿੱਚ ਡਰ ਭੈ ਜਿਹਾ ਬਣਿਆ ਹੋਇਆ ਸੀ ਜਿਹਦੇ ਵਾਸਤੇ ਬਾਹਰ ਤੋਂ ਵੀ ਵੱਖ ਵੱਖ ਫੋਨ ਆ ਰਹੇ ਸੀ ਵੀ ਕੋਈ ਇਹਦੇ ਬਾਰੇ ਕੀਤਾ ਜਾਵੇ ਜਿਸ ਤਰ੍ਹਾਂ ਅੱਗੇ ਵੀ ਅਸੀਂ ਬਾਹਰਲੇ ਵੀਰਾਂ ਦੇ ਨਾਲ ਵੀ ਮੀਟਿੰਗ ਕੀਤੀ ਸੀ ਉਹਦੇ ਵਾਸਤੇ ਉਹਨਾਂ ਨੇ ਵੀ ਹੈਲਪ ਵਾਸਤੇ ਕਿਹਾ ਸੀ ਅੱਜ SDM ਅਤੇ SMO ਸਾਹਗੁੜ ਦੋਨੋਂ ਆਏ ਸੀ ਅਤੇ ਉਹਨਾਂ ਨੂੰ ਪਿੰਡ ਦੇ ਵਿੱਚ ਕਿ ਜਿਹੜੇ ਪਿੰਡ ਦੇ ਜਿਹੜੇ ਮਰੀਜ਼ ਆ ਜਾਂ ਪਿੰਡ ਵਿੱਚ ਕੋਈ ਬਿਮਾਰ ਹੋ ਜਾਂਦਾ ਈਵਨ ਇੱਕ ਪਰਿਵਾਰ ਦੇ ਜਿਹੜੇ ਹੈ 8 ਜੀ ਆ ਤਾਂ ਉਹਨਾਂ ਕੋਲ 2 ਕਮਰੇ ਆ ਉਹਨਾਂ ਨੂੰ ਜਿਹੜਾ ਹੈਗਾ ਆਈਸੋਲੇਟ ਕਿੱਦਾਂ ਕੀਤਾ ਜਾ ਸਕਦਾ ਕਿੱਦਾਂ ਉਹਨਾਂ ਨੂੰ ਰੱਖਿਆ ਜਾ ਸਕਦਾ ਵੱਖ ਕਿਉਂਕਿ ਕਮਰੇ ਹੈ ਨਹੀਂ ਤਾਂ ਉਹਦੇ ਵਾਸਤੇ ਜੇ ਘਰ ਵਿੱਚ ਹੈ ਨਹੀਂ ਅਸੀਂ ਸਮਾਜਿਕ ਤੌਰ 'ਤੇ ਪਿੰਡ ਲੈਵਲ ਦੇ ਉੱਤੇ ਅਸੀਂ ਉਹਨੂੰ ਕੋਈ ਪਿੰਡ ਦੇ ਸਾਂਝੀ ਜਿਹੜੀ ਜਗ੍ਹਾ ਹੈਗੀ ਆ ਜਾਂ ਕੋਈ ਕਮਿਊਨਿਟੀ ਹਾਲ ਹੈ ਜਾਂ ਕੋਈ ਕੋਠੀ ਹੈ ਜਿਹੜੀ NRA ਵੀਰ ਦੀ ਵਿਹਲੀ ਹੈ ਜਾਂ ਜਿੱਥੇ ਉਹਨਾਂ ਨੂੰ ਆਪਾਂ ਜਗ੍ਹਾ ਦੇ ਸਕਦੇ ਹਾਂ ਉਹਦੇ ਨਾਲ ਉਹਨਾਂ ਨੂੰ ਜਿਹੜੇ ਚੈੱਕ ਕਰਨ ਲਈ ਆਕਸੀਮੀਟਰ ਜਾਂ ਹੋਰ ਜਿਹੜੇ ਲੋੜ ਆ ਕਾੜੇ ਵਗੈਰਾ ਜਾਂ ਕਰੋਨਾ ਕਿੱਟ ਜਿਹੜੀ ਹੈਗੀ ਆ ਉਹ ਦੇ ਸਕਦੇ ਹਾਂ ਜਾਂ ਉਹਨਾਂ ਨੂੰ ਸਾਹ ਵਾਲੀ ਜਿਹੜੀ ਹੈਗੀ ਆ ਕੋਈ ਘਾਟ ਆ ਆਕਸੀਜਨ ਦੀ ਉਹ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਉਹਦੇ ਵਾਸਤੇ ਅੱਜ ਜਿਹੜਾ ਹੈਗਾ ਕਿ ਪਹਿਲੀ ਗੱਲ ਤਾਂ ਜਾਗਰੂਕਤਾ ਫੈਲਾਈਏ ਵੀ ਹਰ ਕੋਈ ਟੀਕਾ ਲਵਾਵੇ ਹੁਣ 18 ਸਾਲ ਤੱਕ ਵੀ ਹੋ ਗਿਆ ਅਤੇ ਸਾਰੇ ਟੀਕੇ ਲਵਾਈਏ ਉਹਦੇ ਨਾਲ ਨਾਲ ਜਿਹੜੀ ਹੈਗੀ ਆ ਜੇ ਹੋ ਵੀ ਜਾਂਦਾ ਉਹਦੇ ਉਹ ਤੋਂ ਦੂਰੀ ਨਾ ਬਣਾਈਏ ਉਹਨੂੰ ਮਨੋ ਨਾ ਲਾਈਏ ਉਹਦੇ ਨਾਲ ਨਫ਼ਰਤ ਨਾ ਕਰੀਏ ਉਹਦੀ ਸੰਭਾਲ ਕਰੀਏ ਉਹਦੇ ਉਹਦੀ ਜਿਹੜੀ ਹੈਗੀ ਆ ਮਦਦ ਕਰ ਸਕੀਏ ਕਿੱਦਾਂ ਕਰ ਸਕਦੇ ਹਾਂ ਉਹਦੀ ਰੋਟੀ ਪਾਣੀ ਦੀ ਉਹਦੇ ਦੇਖ ਰੇਖ ਦੀ ਜੇਕਰ ਉਹ ਪਿੰਡ ਦੇ ਵਿੱਚ ਹਾਲਤ ਉਹਦੀ ਵਿਗੜਦੀ ਹੈ ਤਾਂ ਉਹਨੂੰ ਹੋਸਪਿਟਲ ਤੀਕਰ ਸਰਕਾਰੀ ਹੋਸਪਿਟਲ ਤੀਕਰ ਕਿੱਦਾਂ ਸ਼ਿਫਟ ਕੀਤਾ ਜਾ ਸਕਦਾ ਪਰ ਜਿਹੜਾ ਪ੍ਰਾਈਵੇਟ ਹੋਸਪਿਟਲ ਦਾ ਜਿੱਦਾਂ ਸਰਕਾਰ ਨੇ 14,000 ਰੁਪਇਆ ਤੈਅ ਕੀਤਾ ਹੋਇਆ ਅਤੇ ਘੱਟੋ ਘੱਟ ਜੇ ਉਹਨੂੰ 10 ਦਿਨ ਰਹਿਣਾ ਪੈਂਦਾ ਅਤੇ ਜਿਹੜਾ ਹੈਗਾ ਉਹ ਤਾਂ ਗਰੀਬ ਤਾਂ ਉਹ ਕਿਰਾਇਆ ਦੇ ਨਹੀਂ ਸਕਦਾ ਘੱਟੋ ਘੱਟ ਉਹ ਸਰਕਾਰੀ ਹੋਸਪਿਟਲ ਤੀਕਰ ਉਹ ਪਹੁੰਚ ਹੋ ਜਾਏ ਉਹਦੇ ਵਾਸਤੇ ਤਾਂ ਕਿ ਉਹ ਇਹੋ ਜਿਹੇ ਵੱਡੇ ਖਰਚਿਆਂ ਤੋਂ ਬਚ ਸਕੇ ਤੋ ਇਹ ਹਜੇ ਪ੍ਰੋਪਰ ਦਵਾਈ ਤਾਂ ਇਹਦੀ ਕੋਈ ਹੈ ਨਹੀਂ ਗੀ ਕਰੋਨਾ ਦੀ
ਤੇ ਇਹ ਹਜੇ ਜਾਣ ਵਾਲਾ ਵੀ ਨਹੀਂ ਦੱਸਦੇ ਕਿ ਦੂਸਰੀ ਲਹਿਰ ਆ, ਹਜੇ ਹੋਰ ਵੀ ਤੀਸਰੀ ਲਹਿਰ ਆ ਸਕਦੀ। ਉਹਦੇ ਵਾਸਤੇ ਪ੍ਰਪੇਅਰ ਕਰਨ ਵਾਸਤੇ ਪਿੰਡ ਲੈਵਲ ਦੇ ਉੱਤੇ ਹਰ ਥਾਂ ਦੇ ਉੱਤੇ ਅਸੀਂ ਕੀ ਕਰ ਸਕਦੇ ਹਾਂ, ਉਹਦੇ ਵਾਸਤੇ ਸਾਰੀ ਜਾਇਜ਼ਾ ਲੈਣ ਵਾਸਤੇ ਆਏ ਸੀ SDM ਸਾਹਿਬ ਤੇ SMO ਸਾਹਿਬ। ਉਹਨਾਂ ਨੂੰ ਸਾਰਾ ਦਿਖਾ ਲਿਆ ਤੇ ਪਲੈਨਿੰਗ ਦੱਸੀ ਆ। ਉਹਨਾਂ ਨੇ ਇਹਨੂੰ ਸਵਾਗਤ ਵੀ ਕੀਤਾ, ਧੰਨਵਾਦ ਵੀ ਕੀਤਾ ਕਿ ਇਹੋ ਜਿਹੀ ਸਾਨੂੰ ਹਰ ਪਿੰਡ ਦੇ ਵਿੱਚ ਜੇ ਅਸੀਂ ਇੰਨੇ ਅਵੇਅਰ ਹੋ ਜਾਂਦੇ ਹਾਂ, ਤਿਆਰ ਹੋ ਜਾਂਦੇ ਹਾਂ, ਤੇ ਬਹੁਤ ਵੱਡਾ ਜਿਹੜਾ ਹੋਊਗਾ ਤੇ ਡਰ ਆ ਉਹ ਲੋਕਾਂ ਦੇ ਮਨਾਂ 'ਚ ਜਾ ਸਕਦਾ। ਕਈ ਵਾਰੀ ਅਸੀਂ ਇਹ ਸੋਚ ਕੇ ਕਿਹੜੇ ਬੁੱਝ ਦਿਲ ਆ ਉਹ ਖੁਦਕੁਸ਼ੀ ਕਰ ਲੈਂਦੇ ਵੀ ਜੇ ਕਰੋਨਾ ਦੇ ਨਾਲ ਮੌਤ ਆਈ ਹੋ ਸਕਦਾ ਕਿ ਸਾਨੂੰ ਕੋਈ ਸੰਸਕਾਰ ਕਰਨ ਵੀ ਨਾ ਜਾਵੇ, ਨਫ਼ਰਤ ਕਰਨ ਲੋਕ। ਇਸੇ ਕਰਕੇ ਜਿਹੜੇ ਡਰਪੋਕ ਲੋਕ ਆ ਉਹ ਖੁਦਕੁਸ਼ੀਆਂ ਵੀ ਕਰ ਰਹੇ ਆ। ਸੋ ਇਹ ਕੋਈ ਏਡੀ ਜ਼ਿਆਦੀ ਭਿਆਨਕ ਬਿਮਾਰੀ ਨਹੀਂ ਜਿਹਦੇ ਵਿੱਚ ਸਿਰਫ 2-2.5% ਜਿਹੜਾ ਹੈਗਾ ਮੌਤ ਦਰ ਆ। ਇਦੋਂ ਵੀ ਕਈ ਭਿਆਨਕ ਬਿਮਾਰੀਆਂ, ਪਰ ਇਹਦੇ ਵਿੱਚ ਡਰਾਵਾ ਜਿਹੜਾ ਪਰਹੇਜ਼ ਸਾਨੂੰ ਕਰਨਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਲੜਨਾ, ਲੜਨ ਵਾਸਤੇ ਕੋਈ ਡਾਂਗਾਂ ਦੀ ਲੋੜ ਨਹੀਂ, ਦੂਰੀ ਬਣਾ ਕੇ ਰੱਖਣੀ ਆ, ਮੂੰਹ ਬੰਨ ਕੇ ਰੱਖਣਾ ਤੇ ਸੈਨੇਟਾਈਜ਼ਰ ਵਰਤਣਾ, ਜਿਹੜੀਆਂ ਗੱਲਾਂ ਡਾਕਟਰ ਦੱਸਦੇ ਆ ਉਹਨਾਂ ਦਾ ਅਸੀਂ ਵਰਤੋਂ ਕਰੀਏ ਤੇ ਕਰੋਨਾ ਜਿਹੜਾ ਹੈਗਾ ਨੇੜੇ ਵੀ ਨਹੀਂ ਆ ਸਕਦਾ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਟੱਪਦੇ ਹਾਂ, ਇਹਨਾਂ ਅਵੱਗਿਆ ਕਰਦੇ ਹਾਂ ਤੇ ਤਾਂ ਹੀ ਕਰੋਨਾ ਦੀ ਪਹੁੰਚ ਹੁੰਦੀ ਆ। ਸੋ ਇਸੇ ਵਾਸਤੇ ਜਿਹੜਾ ਕਰੋਨਾ ਦੀ ਚੇਨ ਤੋੜਨ ਵਾਸਤੇ ਵੀ ਜਿਹੜੇ ਲੋਕਡਾਊਨ ਦਾ ਮਤਲਬ ਵੀ ਇਹੀ ਆ ਕਿ ਅਸੀਂ ਇੱਕ ਦੂਸਰੇ ਨੂੰ ਨਾ ਮਿਲ ਸਕੀਏ। ਸਾਨੂੰ ਚਾਹੀਦਾ ਘਰਾਂ ਵਿੱਚ, ਪਰਿਵਾਰਾਂ ਵਿੱਚ, ਬੱਚਿਆਂ ਵਿੱਚ ਵੀ ਅਸੀਂ ਇਹ ਦੂਰੀ ਬਣਾ ਕੇ ਰੱਖੀਏ। ਜਿੰਨਾ ਚਿਰ ਇਹ ਜਿਹੜੀ ਕਰੋਨਾ ਦੀ ਜਿਹੜੀ ਹੈਗੀ ਆ ਵੇਵ ਚੱਲ ਰਹੀ ਹੈ ਇਹ ਮੁੱਕਦੀ ਨਹੀਂ, ਉਹਨਾਂ ਚਿਰ ਸਾਨੂੰ ਆਪਣੇ ਬੱਚਿਆਂ ਪ੍ਰਤੀ, ਜੇ ਕੰਮ 'ਤੇ ਜਾਂਦੇ ਹਾਂ ਤੇ ਸਾਨੂੰ ਆਪਣੇ ਘਰ ਵਿੱਚ ਆਉਂਦਿਆਂ ਉਹ ਚੀਜ਼ਾਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਹੈਗਾ ਸਾਡੀ ਜਿਹੜੀ ਬਾਹਰੋਂ ਕਿਤੇ ਅਸੀਂ ਬਿਮਾਰੀ ਘਰ ਵਿੱਚ ਨਾ ਲੈ ਆਈਏ। ਇਹ ਪਰਹੇਜ਼ ਦੇ ਨਾਲ ਤੇ ਸਾਵਧਾਨੀਆਂ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ। ਇਹਦੇ ਸੰਬੰਧ ਵਿੱਚ ਹੀ ਅੱਜ ਇਹ ਸਾਰੀ ਵਿਚਾਰ ਹੋਈ ਹੈ ਤੇ ਇਹਨੂੰ ਅੱਗੇ ਤੋਰਾਂਗੇ। ਜਿੱਦਾਂ ਵਾਹਿਗੁਰੂ ਦਾ ਹੁਕਮ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਡਾਕਟਰ AS ਬੱਗਲ ਦੀ, ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਸ਼ਾਹਕੋਟ। ਅੱਜ ਅਸੀਂ ਪਿੰਡ ਸੀਚੇਵਾਲ ਆਏ ਸੀ ਤੇ ਬਾਬਾ ਸੀਚੇਵਾਲ ਜੀ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਅਸੀਂ ਦੇਖਿਆ ਵੀ ਸ਼ੁਰੂ ਕਰਨ ਲੱਗੇ ਹਾਂ ਕਿ ਪਿੰਡ ਦੇ ਮਰੀਜ਼ ਜਿਹੜੇ ਕੋਵਿਡ ਪੋਜ਼ਿਟਿਵ ਆ ਜਾਂਦੇ ਹਨ ਅਤੇ ਘਰਾਂ 'ਚ ਇੱਕਦਮ ਆਪਾਂ ਸਾਰੇ ਘਬਰਾ ਜਾਂਦੇ ਹਾਂ ਅਤੇ ਇਸ ਉਪਰਾਲੇ ਨਾਲ ਮੈਂ ਸਮਝਦਾ ਕਿ ਪਿੰਡ ਦਾ ਮਰੀਜ਼ ਜਿਹੜਾ ਹੋਏਗਾ ਉਹਨੂੰ ਇੱਕਦਮ ਸ਼ਹਿਰ ਵੱਲ ਨਹੀਂ ਦੌੜਨਾ ਪਊਗਾ। ਇੱਥੇ ਪਿੰਡ ਦਾ ਮਰੀਜ਼ ਜਿਹੜਾ ਫਰਿੰਜ ਵਿੱਚ ਰਹਿ ਕੇ ਹੀ ਅਤੇ ਉਹਦਾ ਆਪਾਂ ਇਸ ਜਗ੍ਹਾ 'ਤੇ ਰੱਖ ਕੇ ਉਹਨੂੰ ਅਤੇ ਆਪਾਂ ਉਹਦਾ ਸਾਰਾ ਖਿਆਲ ਰੱਖ ਕੇ ਉਹਦੀ ਆਕਸੀਜਨ ਦਾ, ਉਹਦੇ ਬੁਖਾਰ ਦਾ, ਉਹਦੇ ਬਲੱਡ ਪ੍ਰੈਸ਼ਰ ਦਾ, ਜਿਹੜੀ ਜ਼ਰੂਰੀ ਦਵਾਈਆਂ ਆਪਾਂ ਇੱਥੇ ਹੀ ਦੇ ਕੇ ਉਹਨੂੰ ਜਿਹੜੇ 2 ਹਫ਼ਤੇ ਜਿਹੜੇ ਉਹਦੇ ਔਖੇ ਹੁੰਦੇ ਹੈ ਉਹ ਉਹਨੂੰ ਕੱਢ ਕੇ ਅਤੇ ਜਦੋਂ ਉਹ ਠੀਕ ਹੋ ਜਾਏਗਾ ਤਾਂ ਫਿਰ ਉਹ ਆਪਣੇ ਘਰ ਵਿੱਚ ਆ ਸਕਦਾ। ਮੈਂ ਸਮਝਦਾ ਅਗਰ ਇਹ ਹਰ ਪਿੰਡ ਵਿੱਚ ਹੈ ਉਹ ਉਪਰਾਲਾ ਆਪਾਂ ਕਰ ਲਈਏ ਅਤੇ ਹਸਪਤਾਲਾਂ ਦੇ ਵਿੱਚ ਸ਼ਾਇਦ ਆਪਾਂ ਨੂੰ ਬਹੁਤ ਘੱਟ ਜਾਣ ਦੀ ਲੋੜ ਪਵੇ ਅਤੇ ਜੇ ਕਦੀ ਲੋੜ ਵੀ ਪਏਗੀ ਤਾਂ ਬਾਬਾ ਸੀਚੇਵਾਲ ਜੀ ਕਹਿ ਰਹੇ ਕਿ ਇੱਕ ਐਂਬੂਲੈਂਸ ਦਾ ਇੰਤਜ਼ਾਮ ਵੀ ਅਸੀਂ ਨਾਲ ਰੱਖਾਂਗੇ ਜੇ ਕਿਸੇ ਵੇਲੇ ਲੋੜ ਪੈਂਦੀ ਹੈ ਤਾਂ ਆਪਾਂ ਉਹਨੂੰ ਸਮੇਂ ਨਾਲ ਹਸਪਤਾਲ ਵੀ ਪਹੁੰਚਾ ਸਕਦੇ ਹਾਂ। ਅਤੇ ਮੈਂ ਸਮਝਦਾ ਇਹ ਉਪਰਾਲਾ ਆਪਣੇ ਸਾਰਿਆਂ ਵਾਸਤੇ ਇੱਕ ਬਹੁਤ ਹੀ ਵਧੀਆ ਆਉਣ ਵਾਲੇ ਸਮੇਂ 'ਚ ਸਾਬਤ ਹੋਣਾ ਹੈ। ਮੈਂ SDM ਸ਼ਾਹਕੋਟ ਸੰਜੀਵ ਸ਼ਰਮਾ, ਬਾਬਾ ਜੀ ਦੀ ਪ੍ਰੇਰਨਾ ਸਦਕਾ ਅੱਜ ਅਸੀਂ ਇੱਥੇ ਆਏ ਹਾਂ, ਮੈਂ ਅਤੇ SMO ਸਾਹਿਬ। ਬਾਬਾ ਜੀ ਇੱਕ ਜਿਹੜਾ ਇਹਨਾਂ ਦਾ ਇਹਨਾਂ ਨੇ ਇੱਕ ਜਿਹੜਾ ਉਪਰਾਲਾ ਅਜੇ ਕਰਨ ਜਾ ਰਹੇ ਹੈ ਕਿ ਉਹਨਾਂ ਕਈ ਘਰਾਂ 'ਚ ਆਪਾਂ ਵੇਖਦੇ ਹਾਂ ਕਿ ਕੋਈ ਪੋਜ਼ਿਟਿਵ ਆ ਗਿਆ ਕੋਈ ਮੈਂਬਰ ਅਤੇ ਘਰ 'ਚ ਇੱਕ ਜਾਂ 2 ਕਮਰੇ ਹੀ ਨੇ ਅਤੇ ਉਹਨੂੰ ਆਈਸੋਲੇਸ਼ਨ ਕਰਨ ਵਾਸਤੇ ਜਗ੍ਹਾ ਹੀ ਨਹੀਂ ਉਪਲਬਧ ਹੈਗੀ। ਸੋ ਉਹਨਾਂ ਵਾਸਤੇ ਜਿਹੜਾ ਇਹ ਆਈਸੋਲੇਸ਼ਨ ਸੈਂਟਰ ਬਾਬਾ ਜੀ ਨੇ ਪਲੈਨ ਕੀਤਾ ਇੱਕ ਵਰਦਾਨ ਸਾਬਿਤ ਹੋਏਗਾ ਔਰ ਇਹਦੇ 'ਚ ਜਿਹੜੇ ਪੇਸ਼ੈਂਟਸ ਨੇ ਕਰੋਨਾ ਪੋਜ਼ਿਟਿਵ 'ਚ ਹੋਣਗੇ ਉਹਨਾਂ ਨੂੰ ਬਾਬਾ ਜੀ ਜਿਹੜੇ ਆ ਉਹ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੂੰ ਰੱਖਣ ਦਾ ਪੂਰਾ ਪ੍ਰਬੰਧ ਜਿਹੜਾ ਉਹਨਾਂ ਨੇ ਪਲੈਨ ਕੀਤਾ ਹੈ ਜਿਹਦੇ 'ਚ ਉਹਨਾਂ ਦੀ ਜਿਹੜੇ ਵਾਈਟਲਸ ਨੇ ਜਿੱਦਾਂ ਆਕਸੀਜਨ ਕਿੰਨੀ ਹੈ ਉਹਦੀ ਔਰ ਬਲੱਡ ਪ੍ਰੈਸ਼ਰ ਉਹਦਾ ਟੈਂਪਰੇਚਰ ਔਰ ਇਹੋ ਜਿਹੜੀਆਂ ਇੱਕ ਮਾਈਲਡ ਪੇਸ਼ੈਂਟ ਹੈ ਜਿਹੜਾ ਕਰੋਨਾ ਦਾ ਉਹਦੇ 'ਚ ਇਹੋ ਹੀ ਮੋਨੀਟਰ ਕਰਨ ਦੀ ਪਹਿਲਾਂ ਤਾਂ ਜ਼ਰੂਰਤ ਹੁੰਦੀ ਹੈ ਔਰ ਜੇ ਇਹ ਜਿਹੜੀਆਂ ਇਹ ਥੋੜ੍ਹੀਆਂ ਵੇਰੀਏਬਲ ਹੋਣ ਆਕਸੀਜਨ ਫੋਰ ਐਗਜ਼ਾਮਪਲ ਘੱਟ ਜੇ ਅਤੇ ਫਿਰ ਹੀ ਜਿਹੜਾ ਉਹ ਮਰੀਜ਼ ਵਾਸਤੇ ਖਤਰਾ ਪੈਦਾ ਹੁੰਦਾ ਔਰ ਉਹ ਚੀਜ਼ਾਂ ਜਿਹੜੀਆਂ ਇੱਥੇ ਨਿਗਰਾਨੀ 'ਚ ਜਿਹੜੀਆਂ ਉਹ ਪਤਾ ਲੱਗ ਜਾਣੀਆਂ। ਐਂਬੂਲੈਂਸ ਵੀ ਜਿਹੜੀ ਆ ਉਹ ਬਾਬਾ ਜੀ ਨੇ ਦੱਸਿਆ ਕਿ ਇੱਕ ਪਲੈਨ ਇੱਕ ਕਰ ਰਹੇ ਨੇ ਜੇ ਕੋਈ ਸੀਰੀਅਸ ਹੁੰਦਾ ਪੇਸ਼ੈਂਟ ਤਾਂ ਉਹਨੂੰ ਜਿਹੜਾ ਜਲੰਧਰ ਦੇ ਕਿਸੇ ਕੋਵਿਡ ਜਿਹੜਾ ਮੈਨੇਜਮੈਂਟ ਹਸਪਤਾਲ ਹੈ ਚੰਗਾ ਆਪਣਾ ਸਿਵਲ ਹਸਪਤਾਲ ਜਲੰਧਰ ਉੱਥੇ ਉਹਨੂੰ ਭੇਜਿਆ ਜਾ ਸਕਦਾ। ਸੋ ਇਹ ਬਹੁਤ ਹੀ ਵਧੀਆ ਉਪਰਾਲਾ ਔਰ ਇਲਾਕੇ ਦੇ ਇਸ ਪਿੰਡ ਦੇ ਲੋਕਾਂ ਵਾਸਤੇ ਇੱਕ
ਵਰਦਾਨ ਸਾਬਤ ਹੋਏ। ਗੁਰਪਿਆਰੋ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਮਹਾਂਮਾਰੀ ਤੋਂ ਨਿਜਾਤ ਲਈ ਅਸੀਂ ਆਪਣੇ ਇਸ਼ਟ ਅੱਗੇ ਤਾਂ ਅਰਦਾਸ ਕਰੀਏ ਹੀ, ਅਤੇ ਨਾਲ ਹੀ ਅਸੀਂ ਕਰੋਨਾ ਮਰੀਜ਼ਾਂ ਦਾ ਵੀ ਜ਼ਰੂਰ ਸਾਥ ਦਈਏ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਕਿਉਂਕਿ ਇਹ ਬਿਮਾਰੀ ਅਜਿਹੀ ਹੈ, ਇਹ ਵਾਇਰਸ ਅਜਿਹਾ ਹੈ ਜਿਸ ਨੂੰ ਅਸੀਂ ਆਪਣੀ ਵਿਲ ਪਾਵਰ ਨਾਲ, ਆਪਣੇ ਹੌਸਲੇ ਨਾਲ ਹਰਾ ਸਕਦੇ ਹਾਂ। ਨਹੀਂ ਤਾਂ ਬਹੁਤਾਤ ਮਰੀਜ਼ ਅਜਿਹੇ ਨੇ ਜੋ ਇਸ ਦੇ ਡਰ ਤੋਂ ਹੀ ਘਬਰਾ ਕੇ ਦਮ ਤੋੜ ਜਾਂਦੇ ਨੇ। ਸਿਆਣੇ ਅਕਸਰ ਕਹਿੰਦੇ ਨੇ ਕਿ ਸੱਪ ਦਾ ਡੰਗਿਆ ਨਹੀਂ ਮਰਦਾ, ਉਸ ਦੇ ਡਰ ਨਾਲ ਇਨਸਾਨ ਜ਼ਰੂਰ ਮਰ ਜਾਂਦਾ ਹੈ। ਅਤੇ ਕਿਤੇ ਨਾ ਕਿਤੇ ਇਸ ਬਿਮਾਰੀ ਦਾ ਵੀ ਅਜਿਹਾ ਹਊਆ ਬਣਾਇਆ ਗਿਆ ਹੈ ਕਿ ਲੋਕਾਂ ਵਿੱਚ ਡਰ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵੱਲੋਂ ਜੋ ਵੀ ਯੋਗਦਾਨ ਕਰੋਨਾ ਦੀ ਮਹਾਂਮਾਰੀ ਨੂੰ ਰੋਕਣ ਵਾਸਤੇ ਕਰ ਸਕਦੇ ਹਾਂ, ਕਿਸੇ ਗਰੀਬ ਗੁਰਬੇ ਦੀ ਮਦਦ ਕਰ ਸਕਦੇ ਹਾਂ, ਕਿਸੇ ਨੂੰ ਸਹਾਰਾ ਦੇ ਸਕਦੇ ਹਾਂ, ਕਿਸੇ ਤੱਕ ਆਕਸੀਜਨ ਪਹੁੰਚਾ ਸਕਦੇ ਹਾਂ, ਜ਼ਰੂਰ ਪਹੁੰਚਾਈਏ ਅਗਰ ਪਰਮਾਤਮਾ ਨੇ ਸਾਨੂੰ ਉਸ ਲਾਇਕ ਰੱਖਿਆ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ 'ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।